अज असी साढ़े DGP साहब श्री गौरव यादव जी दी हदायतों से पूरे पंजाब दे विच कैसो ऑपरेशन चल रहा है। ये कैसो नूं पूरा कोऑर्डिनेट सर्च किया जाता है। अब जिहड़े भी कोई NDPS दे समगलर्स या जिहड़े कोई क्राइम जनरल क्राइम करन वाले होर स्ट्रीट क्राइम करन वाले जिहड़े भी दोषी है उन्हां दी असी अज चैकिंग कर रहे हैं। इस तों इलावा जिहड़े भी पब्लिक प्लेस है जिवें बस स्टैंड, सिनेमा घर, रेलवे स्टेशन, उत्थे भी असी चैकिंग कर रहे हैं ਤਾਂ ਕਿ ਜਿਹੜੇ ਮਾੜੇ ਅਨਸਰ ਆਪਦਾ ਕੋਈ ਗਲਤ ਕੰਮ ਨਾ ਕਰਨ ਤੇ ਪੁਲਿਸ ਪੂਰਾ ਸਖਤੀ ਨਾਲ ਕੰਮ ਕਰਕੇ ਤੇ ਉਹਨਾਂ ਤੇ ਸਖਤ ਕਾਰਵਾਈ ਕਰ ਰਹੀ ਹੈ। ਕਿੰਨੀਆਂ ਬਸਤੀਆਂ ਦੇ ਵਿੱਚ ਸਰਚ ਹੋਏ ਇਹ ਹੁਣ ਅਸੀਂ ਜਿਹੜੀ ਪਹਿਲੀ ਬਸਤੀ ਸ਼ੁਰੂ ਕੀਤੀ ਹੈ ਇਹ ਸਾਧਾਂ ਵਾਲੀ ਬਸਤੀ ਹੈ। ਇਸ ਤੋਂ ਬਾਅਦ ਅਸੀਂ ਦੋਲੇਵਾਲ ਪਿੰਡ ਜਾਣਾ ਤੇ ਸਾਰੇ ਮਤਲਬ ਡਿਸਟ੍ਰਿਕਟ ਦੇ ਵਿੱਚ ਕਰੀਬ 300 ਦੀ ਫੋਰਸ ਲਾਈ ਹੈ ਜਿਹੜੇ ਅਲੱਗ ਅਲੱਗ ਥਾਣਿਆਂ ਤੇ ਸਬ ਡਿਵੀਜ਼ਨਾਂ ਦੇ ਵਿੱਚ ਸਰਚ ਚੱਲ ਰਹੀ ਹੈ ਤੇ ਜਿਹੜਾ ਵੀ ਕੋਈ ਰਿਜ਼ਲਟ ਹੋਇਆ ਉਹ ਤੁਹਾਨੂੰ ਅਸੀਂ ਬਾਅਦ ਦੱਸਾਂਗੇ। ਕੁਝ ਲੋਕਾਂ ਨੂੰ ਡਿਟੇਲ ਵੀ ਕੀਤਾ ਸਰ ਜਾਂ ਕੁਝ ਵਾਹਨ ਵੀ ਹੁਣ ਤੱਕ ਇਸੇ ਦੋ ਪਰਚੇ ਦਰਜ ਹੋ ਚੁੱਕੇ NDPS ਦੇ ਉਹਨਾਂ ਦੇ ਵਿੱਚ ਦੋਸ਼ੀ ਅਰੈਸਟ ਕੀਤੇ ਗਏ ਹੈ ਤੇ ਪੂਰੀ ਡਿਟੇਲ ਰਿਪੋਰਟ ਤੁਹਾਨੂੰ ਅਸੀਂ ਇਸ ਆਪਰੇਸ਼ਨ ਦੇ ਖਤਮ ਹੋਣ ਤੋਂ ਬਾਅਦ ਹੀ ਦੇਵਾਂ। ਸਰ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਧਿਆਨ ਰੱਖਿਆ ਜਾ ਰਿਹਾ ਹੈ? ਨੈਚੁਰਲੀ ਉਹ ਪੂਰਾ ਅਲਰਟ ਹੈ ਸਾਰੇ ਕਸਬਿਆਂ ਦੇ ਤੇ ਹੋਰ ਪਿੰਡਾਂ ਦੇ ਵਿੱਚ ਫਲੈਗ ਮਾਰਚ ਤੇ ਵੱਧ ਤੋਂ ਵੱਧ ਨਾਕਾ ਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਮਾੜਾ ਅਨਸਰ ਕੋਈ ਮਤਲਬ ਕੋਈ ਵਾਰਦਾਤ ਨਾ ਕਰੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਿਮੀਨਲ ਹੈ ਈਵਨ ਕੋਈ ਟੈਰਿਸਟ ਬੈਕਗਰਾਊਂਡ ਵਾਲਾ ਹੈ ਜਾਂ ਕੋਈ ਗੈਂਗਸਟਰ ਬੈਕਗਰਾਊਂਡ ਵਾਲਾ ਬੰਦਾ ਹੈ ਉਹਨਾਂ ਦੇ ਸਾਥੀਆਂ ਨੂੰ ਵੀ ਸਾਰਿਆਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਤੇ ਜਿਹੜਾ ਵੀ ਰਿਜ਼ਲਟ ਹੋਇਆ ਤੁਹਾਨੂੰ ਦੇਵਾਂਗੇ। ਸਰ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ? ਹਾਂ ਬਿਲਕੁਲ, ਜਿਹੜੇ ਪੁਰਾਣੇ ਕ੍ਰਾਈਮ ਦੇ ਵਿੱਚ ਰਹੇ ਹੈ ਉਹਨਾਂ ਦੇ ਘਰਾਂ ਦੀ ਸਰਚ ਕੀਤੀ ਜਾ ਰਹੀ ਹੈ। ਸਰ ਚੈਕਿੰਗ ਤਾਂ ਹਰ ਵਾਰ ਹੁੰਦੀ ਹੈ ਲੇਕਿਨ ਇਸ ਦੀ ਸਮਗਲਿੰਗ ਮੰਨ ਨਹੀਂ ਹੁੰਦੀ, ਸਰ ਕੀ ਕਾਰਨ ਹੈ? ਨਹੀਂ ਨਹੀਂ ਕੋਈ ਐਸੀ ਗੱਲ ਨਹੀਂ, ਬੜਾ ਚੈੱਕ ਕੀਤਾ ਹੈ, ਸਮਗਲਰ ਫੜੇ ਜਾ ਰਹੇ ਹੈ ਤੇ ਪੂਰਾ ਪੰਜਾਬ ਦੇ ਵਿੱਚ ਪੂਰੀ ਸਖਤੀ ਹੈ। ਅਗਰ ਦੇਖਿਆ ਜਾਵੇ ਬਸਤੀਆਂ ਮੇਂ ਇਸ ਬਸਤੀ ਕੀ ਬਾਤ ਕਰੇ ਤੋ ਕਾਫੀ ਲੋਗੋਂ ਨੇ ਅਨਲੀਗਲ ਪ੍ਰਾਪਰਟੀ ਬਣਾਈ ਹੋਈ ਹੈ। ਵੋ ਵੀ ਵੋ ਜੋ NDPS ਕੇ ਅੰਡਰ 68F ਕਾ ਪ੍ਰੋਵੀਜ਼ਨ ਹੈ ਉਸਕੇ ਅੰਡਰ ਹਮ ਪ੍ਰਾਪਰਟੀ ਵੀ ਫੋਰਫਿਟ ਕਰਤੇ ਹੈ, ਉਸਕੇ ਇਲਾਵਾ ਡਿਟੈਂਸ਼ਨ ਕੇਸ ਵੀ ਤਿਆਰ ਕਰਤੇ ਹੈ। ਅੱਜ ਅਸੀਂ ਸਾਡੇ DGP ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੀਆਂ ਹਦਾਇਤਾਂ ਤੇ ਪੂਰੇ ਪੰਜਾਬ ਦੇ ਵਿੱਚ ਇਹ ਕੈਸੋ ਆਪਰੇਸ਼ਨ ਚੱਲ ਰਿਹਾ ਹੈ। ਇਹ ਕੈਸੋ ਨੂੰ ਪੂਰਾ ਕੋਆਰਡੀਨੇਟ ਸਰਚ ਕਿਹਾ ਜਾਂਦਾ ਹੈ। ਅੱਜ ਜਿਹੜੇ ਵੀ ਕੋਈ NDPS ਦੇ ਸਮਗਲਰਸ ਜਾਂ ਜਿਹੜੇ ਕੋਈ ਕ੍ਰਾਈਮ ਜਨਰਲ ਕ੍ਰਾਈਮ ਕਰਨ ਵਾਲੇ ਹੋਰ ਸਟਰੀਟ ਕ੍ਰਾਈਮ ਕਰਨ ਵਾਲੇ ਜਿਹੜੇ ਵੀ ਦੋਸ਼ੀ ਹੈ ਉਹਨਾਂ ਦੀ ਅਸੀਂ ਅੱਜ ਚੈਕਿੰਗ ਕਰ ਰਹੇ ਹਾਂ। ਇਸ ਤੋਂ ਇਲਾਵਾ ਜਿਹੜੇ ਵੀ ਪਬਲਿਕ ਪਲੇਸ ਹੈ ਜਿਵੇਂ ਬੱਸ ਸਟੈਂਡ, ਸਿਨੇਮਾ ਘਰ, ਰੇਲਵੇ ਸਟੇਸ਼ਨ, ਉੱਥੇ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਤਾਂ ਕਿ ਜਿਹੜੇ ਮਾੜੇ ਅਨਸਰ ਆਪਦਾ ਕੋਈ ਗਲਤ ਕੰਮ ਨਾ ਕਰਨ ਤੇ ਪੁਲਿਸ ਪੂਰਾ ਸਖਤੀ ਨਾਲ ਕੰਮ ਕਰਕੇ ਤੇ ਉਹਨਾਂ ਤੇ ਸਖਤ ਕਾਰਵਾਈ ਕਰ ਰਹੀ ਹੈ। ਕਿੰਨੀਆਂ ਬਸਤੀਆਂ ਦੇ ਵਿੱਚ ਸਰਚ ਹੋਏ? ਇਹ ਹੁਣ ਅਸੀਂ ਜਿਹੜੀ ਪਹਿਲੀ ਬਸਤੀ ਸ਼ੁਰੂ ਕੀਤੀ ਹੈ ਇਹ ਸਾਧਾਂ ਵਾਲੀ ਬਸਤੀ ਹੈ। ਇਸ ਤੋਂ ਬਾਅਦ ਅਸੀਂ ਦੋਲੇਵਾਲ ਪਿੰਡ ਜਾਣਾ ਤੇ ਸਾਰੇ ਮਤਲਬ ਡਿਸਟ੍ਰਿਕਟ ਦੇ ਵਿੱਚ ਕਰੀਬ 300 ਦੀ ਫੋਰਸ ਲਾਈ ਹੈ ਜਿਹੜੇ ਅਲੱਗ ਅਲੱਗ ਥਾਣਿਆਂ ਤੇ ਸਬ ਡਿਵੀਜ਼ਨਾਂ ਦੇ ਵਿੱਚ ਸਰਚ ਚੱਲ ਰਹੀ ਹੈ ਤੇ ਜਿਹੜਾ ਵੀ ਕੋਈ ਰਿਜ਼ਲਟ ਹੋਇਆ ਉਹ ਤੁਹਾਨੂੰ ਅਸੀਂ ਬਾਅਦ ਦੱਸਾਂਗੇ। ਕੁਝ ਲੋਕਾਂ ਨੂੰ ਡਿਟੇਲ ਵੀ ਕੀਤਾ ਸਰ ਜਾਂ ਕੁਝ ਵਾਹਨ ਵੀ? ਹਾਂ ਹੁਣ ਤੱਕ ਇਸੇ ਦੋ ਪਰਚੇ ਦਰਜ ਹੋ ਚੁੱਕੇ NDPS ਦੇ ਉਹਨਾਂ ਦੇ ਵਿੱਚ ਦੋਸ਼ੀ ਅਰੈਸਟ ਕੀਤੇ ਗਏ ਹੈ ਤੇ ਪੂਰੀ ਡਿਟੇਲ ਰਿਪੋਰਟ ਤੁਹਾਨੂੰ ਅਸੀਂ ਇਸ ਆਪਰੇਸ਼ਨ ਦੇ ਖਤਮ ਹੋਣ ਤੋਂ ਬਾਅਦ ਹੀ ਦੇਵਾਂਗੇ। ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਧਿਆਨ ਰੱਖਿਆ ਜਾ ਰਿਹਾ? ਨੈਚੁਰਲੀ ਉਹ ਪੂਰਾ ਅਲਰਟ ਹੈ ਸਾਰੇ ਕਸਬਿਆਂ ਦੇ ਤੇ ਹੋਰ ਪਿੰਡਾਂ ਦੇ ਵਿੱਚ ਫਲੈਗ ਮਾਰਚ ਤੇ ਵੱਧ ਤੋਂ ਵੱਧ ਨਾਕਾ ਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਮਾੜਾ ਅਨਸਰ ਕੋਈ ਮਤਲਬ ਕੋਈ ਵਾਰਦਾਤ ਨਾ ਕਰੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਿਮੀਨਲ ਹੈ ਈਵਨ ਕੋਈ ਟੈਰਿਸਟ ਬੈਕਗਰਾਊਂਡ ਵਾਲਾ ਹੈ ਜਾਂ ਕੋਈ ਗੈਂਗਸਟਰ ਬੈਕਗਰਾਊਂਡ ਵਾਲਾ ਬੰਦਾ ਹੈ ਉਹਨਾਂ ਦੇ ਸਾਥੀਆਂ ਨੂੰ ਵੀ ਸਾਰਿਆਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ ਤੇ ਜਿਹੜਾ ਵੀ ਰਿਜ਼ਲਟ ਹੋਇਆ ਤੁਹਾਨੂੰ ਦੇਵਾਂਗੇ। ਸਰ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ? ਹਾਂ ਬਿਲਕੁਲ, ਜਿਹੜੇ ਪੁਰਾਣੇ ਕ੍ਰਾਈਮ ਦੇ ਵਿੱਚ ਰਹੇ ਹੈ ਉਹਨਾਂ ਦੇ ਘਰਾਂ ਦੀ ਸਰਚ ਕੀਤੀ ਜਾ ਰਹੀ ਹੈ। ਸਰ ਚੈਕਿੰਗ ਤਾਂ ਹਰ ਵਾਰ ਹੁੰਦੀ ਹੈ ਲੇਕਿਨ ਇਸ ਦੀ ਸਮਗਲਿੰਗ ਮੰਨ ਨਹੀਂ ਹੁੰਦੀ, ਸਰ ਕੀ ਕਾਰਨ ਹੈ? ਨਹੀਂ ਨਹੀਂ ਕੋਈ ਐਸੀ ਗੱਲ ਨਹੀਂ, ਬੜਾ ਚੈੱਕ ਕੀਤਾ ਹੈ, ਸਮਗਲਰ ਫੜੇ ਜਾ ਰਹੇ ਹੈ ਤੇ ਪੂਰਾ ਪੰਜਾਬ ਦੇ ਵਿੱਚ ਪੂਰੀ ਸਖਤੀ ਹੈ। ਅਗਰ ਦੇਖਿਆ ਜਾਵੇ ਬਸਤੀਆਂ ਮੇਂ ਇਸ ਬਸਤੀ ਕੀ ਬਾਤ ਕਰੇ ਤੋ ਕਾਫੀ ਲੋਗੋਂ ਨੇ ਅਨਲੀਗਲ ਪ੍ਰਾਪਰਟੀ ਬਣਾਈ ਹੋਈ ਹੈ। ਵੋ ਵੀ ਵੋ ਜੋ NDPS ਕੇ ਅੰਡਰ 68F ਕਾ ਪ੍ਰੋਵੀਜ਼ਨ ਹੈ ਉਸਕੇ ਅੰਡਰ ਹਮ ਪ੍ਰਾਪਰਟੀ ਵੀ ਫੋਰਫਿਟ ਕਰਤੇ ਹੈ, ਉਸਕੇ ਇਲਾਵਾ ਡਿਟੈਂਸ਼ਨ ਕੇਸ ਵੀ ਤਿਆਰ ਕਰਤੇ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।